सनी देओल दे वल्लों 2024 दीआं इलैक्शनां ना लड़न दा ऐलान किया गया है, आखिर कारण की ने? इस बारे ज़्यादा जानकारी दे ली मेरे नाल ने मेरे सहयोगी सुखविंदर सिद्धू। सिद्धू साहब की खबर है, की बयान है सनी देओल दा, आखिर 2024 दीआं ओह इलैक्शन लड़न क्यों नहीं चाहते, की कारण की ने? देखो सनी देओल का यह वड्डा जिहड़ा बयान आया, जदों तों यह वड्डा बयान आया उदों तों पंजाब की सियासत खास करके गुरदासपुर की सियासत जिहड़ी आ पूरे तरीके नाल गरमा गई है। सनी देओल दे वल्लों कहा गया कि मैं 2024 दीआं लोक सभा चोणां जिहड़ियां ओह नहीं लड़न जा रहा। उन्होंने ये भी गल कही है कि भाई एको समय जिहड़ा एको काम किया जाना चाहिए और हुंदा भी एको ही है, कहिंदे ते मैं जिहड़ा ओह अदाकारी नूं चुणिया, कहिंदे मैं अदाकारी राही कहिंदे देश की सेवा करूंगा और उस सेवा दे विच कहिंदे मैं लगातार पिछले कई दहाकियां तों हैगा वां ते मैं उसे नूं ही चुणिया। तां उन्होंने होर भी बड़ियां गल्लां जिहड़ियां उन्होंने कहियां ने, पर मेन जिहड़ा फोकस इही है कि भाई वह गुरदासपुर तो या फिर कितों होर भी जिहड़े चोण नहीं लड़न जा रहे। तां पंजाबियों ने 2019 दे विच सनी देओल नूं बहुत वोटां पा के जिहड़ा जिताया सी, सनी देओल दे वल्लों वड्डे दावे वड्डे वादे जिहड़े आ लोकां दे नाल गुरदासपुर के लोगों के नाल कीते गए सी। जदों लखविंदर जी तुहानूं चेता करा दवां कि उदों शायद आपां इकट्ठे नहीं सी, तां जदों सनी देओल जदों भाषण दिंदे सीगे अपना इत्थे चोणां दे विच, तां उह शुरुआत ही जिहड़ी इत्थों करदे हुंदे सीगे, कहिंदे पंजाबीओ मैं तुहाडे नाल जुड़ना आ, इत्थों जिहड़ी गल करदे हुंदे सी, जुड़ना आ तो शुरू करते होंगे सी, मैं थोड़े ना जुड़ना आ, मैं थोड़े सेवा करूंगा, मैं आ करूंगा, मैं वह करूंगा, बड़ा कुछ सनी देओल जिहड़े कहिंदे होंगे सी। पर तुसीं देख लो पिछले लंबे समय तो सनी देओल जिहड़े आ वह गुरदासपुर हल्के दे विच छड्डो पंजाब दे विच ही जिहड़े उह लब्भे नहीं, गुरदासपुर दे हल्के दे विच सनी देओल गुमशुदा होण दे भी पोस्टर जिहड़े आ उह लगातार लगदे रहे आ। जदों तों सनी देओल जित्ते आ मसां 2-4 वारी जिहड़े उह आए होणे आ और जे आए आ तां हुण जिहड़िआं ने पिछले दिनी देखे आ ਉਹ ਪ੍ਰਮੋਸ਼ਨ ਪ੍ਰਮੋਸ਼ਨ ਕਰਨ ਆਏ ਆ ਗੁਰਦਾਸਪੁਰ ਦੇ ਲੋਕਾਂ ਦੇ ਲਈ ਜਿਹੜੇ ਉਹ ਬਿਲਕੁਲ ਪੰਜਾਬ ਦੇ ਵਿੱਚ ਆ ਕੇ ਉਹ ਬੜੇ ਨਹੀਂ। ਖਾਸ ਕਰਕੇ ਸਨੀ ਦਿਓਲ ਦੇ ਉੱਪਰ ਲੋਕਾਂ ਦਾ ਗੁੱਸਾ ਜਿਹੜਾ ਉਦੋਂ ਫੁੱਟਿਆ ਲਖਵਿੰਦਰ ਜੀ ਜਦੋਂ ਸਨੀ ਦਿਓਲ ਕਿਸਾਨ ਅੰਦੋਲਨ ਦੇ ਮੌਕੇ ਕੁਝ ਵੀ ਬੋਲੇ ਨਹੀਂ। ਸਨੀ ਦਿਓਲ ਨੂੰ ਪੰਜਾਬੀਆਂ ਨੇ ਬੜੇ ਮਾਣ ਨਾਲ ਜਿਤਾਇਆ ਸੀਗਾ, ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਵੀ ਲੋਕ ਜਿਹੜੇ ਆ ਇਹ ਗੱਲਾਂ ਉਦੋਂ ਕਹਿੰਦੇ ਹੁੰਦੇ ਸੀ ਕਿ ਯਾਰ ਸਨੀ ਦਿਓਲ ਹੀ ਜਿਹੜਾ ਉਹ ਜਿੱਤਣਾ ਚਾਹੀਦਾ ਹੈ, ਸਨੀ ਦਿਓਲ ਯਾਰ ਆਪਣਾ ਪੰਜਾਬੀ ਭਰਾ ਫਲਾਨਾ ਟਮਕਾਨਾ, ਇਹੋ ਜਿਹੀਆਂ ਗੱਲਾਂ ਲੋਕਾਂ ਨੇ ਭਾਵ ਘੋ ਕੇ ਸਨੀ ਦਿਓਲ ਨੂੰ ਜਿਹੜੀਆਂ ਉਹ ਵੋਟਾਂ ਪਾਈਆਂ। ਪਰ ਜਦੋਂ ਸਨੀ ਦਿਓਲ ਉਹਨਾਂ ਦੀ ਲੋੜ ਮਹਿਸੂਸ ਹੋਈ ਪੰਜਾਬ ਦੇ ਲੋਕਾਂ ਨੂੰ, ਜਦੋਂ ਲੋੜ ਸੀ ਸਨੀ ਦਿਓਲ ਕਿ ਭਾਈ ਸਾਡੇ ਪੰਜਾਬੀਆਂ ਦੀ ਜਿਹੜੀ ਆਵਾਜ਼ ਚੁੱਕਣਗੇ ਭਾਰਤ ਦੀ ਸਰਕਾਰ ਦੇ ਅੱਗੇ ਕਿਸਾਨ ਅੰਦੋਲਨ ਮੌਕੇ, ਸਨੀ ਦਿਓਲ ਕੁਝ ਬੋਲੇ ਨਹੀਂ, ਲੱਖਾਂ ਦੀਆਂ ਲਾਹਨਤਾਂ ਪਾਈਆਂ ਗਈਆਂ, ਦੀਪ ਸਿੱਧੂ ਹੁਣੀ ਵੀ ਜਿਹੜੇ ਉਹ ਨਿਸ਼ਾਨੇ ਤੇ ਆ ਜਾਂਦੇ ਰਹੇ ਆ ਸਨੀ ਦਿਓਲ ਦੇ ਕਰਕੇ। ਆਖਿਰ ਦੀਪ ਸਿੱਧੂ ਉਹਨਾਂ ਨੂੰ ਵੀ ਜਿਹੜੀ ਸਾਂਝ ਸਨੀ ਦਿਓਲ ਦੇ ਨਾਲ ਤੋੜਨੀ ਪਈ, ਕਿਉਂਕਿ ਸਨੀ ਦਿਓਲ ਆਪਣੇ ਲੋਕਾਂ ਦੇ ਨਾਲ ਜਿਹੜਾ ਉਹ ਖੜ ਨਹੀਂ ਸਕੇ। ਤਾਂ ਹੁਣ ਇਹ ਜਿਹੜਾ ਫੈਸਲਾ ਲਖਵਿੰਦਰ ਜੀ ਆਇਆ, ਇਹ ਸਨੀ ਦਿਓਲ ਦਾ ਆਪਣਾ ਫੈਸਲਾ ਉਸ ਤਰੀਕੇ ਦੇ ਨਾਲ ਨਹੀਂ ਜਿਸ ਤਰੀਕੇ ਦੇ ਨਾਲ ਉਹ ਦਰਸਾ ਰਹੇ ਆ, ਇਹ ਜਿਹੜਾ ਫੈਸਲਾ ਲੋਕਾਂ ਦੇ ਵੱਲੋਂ ਕਰਾਇਆ ਗਿਆ, ਕਿਉਂਕਿ ਟ੍ਰੋਲ ਕਰ ਰਹੇ ਸੀ ਲੋਕ ਜਿਹੜਾ ਸਨੀ ਦਿਓਲ ਨੂੰ, ਇੱਕ ਜਿਵੇਂ ਆਪਾਂ ਦੇਖਦੇ ਹਾਂ ਅਕਸਰ ਲੀਡਰਾਂ ਨੂੰ ਲੋਕਾਂ ਨੂੰ ਟ੍ਰੋਲ ਕੀਤਾ ਜਾਂਦਾ ਲਖਵਿੰਦਰ ਜੀ ਪੋਸਟਾਂ ਪਾ ਪਾ ਕੇ, ਉਸੇ ਤਰੀਕੇ ਦੀਆਂ ਪੋਸਟਾਂ ਸਨੀ ਦਿਓਲ ਨਾਲ ਰਿਗਾਰਡਿੰਗ ਵੀ ਪਾਈਆਂ ਜਾਂਦੀਆਂ ਸੀ ਕਿ ਧਰਮਿੰਦਰ ਔਰ ਸਨੀ ਦਿਓਲ ਬੈਠੇ ਆ ਔਰ ਧਰਮਿੰਦਰ ਉਹਨੂੰ ਕਹਿ ਰਿਹਾ ਕਿ ਭਾਈ ਤੂੰ ਪਾਕਿਸਤਾਨ ਤਾਂ ਜਾ ਆ, ਕਿਤੇ ਗੁਰਦਾਸਪੁਰ ਨਾ ਚਲੇ ਜਾਈ, ਪੰਜਾਬ ਦੇ ਲੋਕਾਂ ਨੇ ਤੈਨੂੰ ਨਲਕੇ ਨਾਲ ਬੰਨ ਲੈਣਾ। ਤਾਂ ਇਹੋ ਜਿਹੀਆਂ ਗੱਲਾਂ ਜਿਹੜੀਆਂ ਹੋ ਰਹੀਆਂ ਸੀ ਸਨੀ ਦਿਓਲ ਦੇ ਖਿਲਾਫ, ਸਿਰਫ ਗੁਰਦਾਸਪੁਰ ਦੇ ਹੀ ਨਹੀਂ ਸਗੋਂ ਸਮੂਹ ਪੰਜਾਬੀਆਂ ਦਾ ਗੁੱਸਾ ਸੀ, ਚਾਹੇ ਉਹ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਹੋਏ ਆ, ਚਾਹੇ ਉਹ ਆਪਾਂ ਕਹਿ ਲਓ ਕਿ ਆਪਣੇ ਪੰਜਾਬ ਦੇ ਵਿੱਚ ਬੈਠੇ ਹੋਏ ਸੀ। ਸਨੀ ਦਿਓਲ ਦੇ ਕਰਕੇ ਧਰਮਿੰਦਰ ਨੂੰ ਵੀ ਨਿਸ਼ਾਨੇ ਤੇ ਆਉਣਾ ਪੈ ਗਿਆ, ਧਰਮਿੰਦਰ ਨੂੰ ਜਿਨ੍ਹਾਂ ਨੇ ਲੋਕਾਂ ਨੇ ਬੜਾ ਮਾਣ ਬਖਸ਼ਿਆ, ਪੰਜਾਬ ਦੇ ਲੋਕਾਂ ਨੇ ਇੱਕ ਰੱਬੀ ਰੂਪ ਵਾਂਗੂ ਜਿਹੜਾ ਉਹ ਮੰਨਦੇ ਰਹੇ ਆ, ਪਰ ਹੁਣ ਸਨੀ ਦਿਓਲ ਤੋਂ ਬਾਅਦ ਧਰਮਿੰਦਰ ਵੀ ਨਿਸ਼ਾਨੇ ਤੇ ਆ ਗਏ। ਲੋਕ ਇੱਥੇ ਤਾਂ ਕਹਿ ਦਿੰਦੇ ਆ ਕਿ ਭਾਈ ਧਰਮਿੰਦਰ ਤਾਂ ਉਹ ਬੰਦਾ ਹੈ ਜਿਹਨੇ ਇੱਕ ਪ੍ਰੇਮ ਵਿਆਹ ਕਰਵਾਉਣ ਦੇ ਚੱਕਰ 'ਚ ਆਪਣਾ ਧਰਮ ਛੱਡ ਦਿੱਤਾ ਸੀ, ਇਸਲਾਮ ਕਬੂਲਿਆ ਹੋਇਆ। ਅੱਜ ਵੀ ਜੇ ਅਸੀਂ ਗੱਲ ਕਰੀਏ ਧਰਮਿੰਦਰ ਹੋਰਾਂ ਨੇ, ਤਾਂ ਜਦੋਂ ਹੇਮਾ ਮਾਲਿਨੀ ਦੇ ਨਾਲ ਵਿਆਹ ਉਹਨਾਂ ਨੇ ਕਰਾਉਣਾ ਸੀ ਤਾਂ ਉਹਨਾਂ ਨੇ ਉਸ ਵਕਤ ਜਿਹੜਾ ਇਸਲਾਮ ਧਰਮ ਜਿਹੜਾ ਉਹ ਕਬੂਲ ਲਿਆ ਸੀ ਲਖਵਿੰਦਰ ਜੀ, ਤਾਂ ਉਹ ਲੋਕ ਉਹਦਾ ਵੀ ਜਿਹੜਾ ਮਿਹਣਾ ਹੁਣ ਮਾਰਨਾ ਸ਼ੁਰੂ ਕਰ ਦਿੱਤਾ ਧਰਮਿੰਦਰ ਨੂੰ ਵੀ, ਭਾਈ ਜਿਹੜੇ ਬੰਦੇ ਨੇ ਉਹਦਾ ਧਰਮ ਛੱਡਤਾ ਉਹ ਸਾਡੇ ਲੋਕਾਂ ਦਾ ਜਿਹੜਾ ਉਹ ਕੀ ਬਣਨਗੇ, ਇੱਕ ਲੇਡੀ ਪਿੱਛੇ ਧਰਮ ਜਿਹੜਾ ਛੱਡ ਦਿੱਤਾ ਗਿਆ। ਤਾਂ ਹੁਣ ਜਿਵੇਂ ਤੁਸੀਂ ਕਹਿ ਰਹੇ ਹੋਗੇ ਵੀ ਇਹ ਪ੍ਰੈਸ਼ਰ ਦੇ ਵਿੱਚ ਆ ਕੇ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਗਿਆ, ਇਹ ਇਕੱਲਾ ਪ੍ਰੈਸ਼ਰ ਲੋਕਾਂ ਦਾ ਜਾਂ ਹਾਈਕਮਾਨ ਦੇ ਵੱਲੋਂ ਕੋਈ ਸੰਕੇਤ ਦਿੱਤੇ ਗਏ ਹੋਣੇ? ਕਿਉਂਕਿ ਜਿਸ ਤਰ੍ਹਾਂ ਦੇ ਨਾਲ ਗੁਰਦਾਸਪੁਰ ਦੇ ਵਿੱਚ ਸਨੀ ਦਿਓਲ ਦੇ ਖਿਲਾਫ ਆਪਾਂ ਕਹੀਏ ਮਾਹੌਲ ਬਣਿਆ ਹੋਇਆ,
कि हाई कमान का भी कोई इशारा हो सकता क्योंकि भी असी तुहाडी टिकट ना कटे तुसीं अपने आप अनाउंस कर दो क्योंकि प्रैशर लोगों के नाल नाल हाई कमान का भी लग रहा कोई इत्थे सनी देओल दे उपर नहीं वो तो है ही है लखविंदर जी हाई कमान का तो चलो की ये नहीं कह सकते पर गल ये भी हाई कमान जिस तरीके नाल फसी हुई है इस वक्त उन्होंने तो एक एक सीट चाहिए है एक एक कैंडीडेट उ चाहिए जरा जिता दे और सनी देओल नो डाउट भारत के वड्डा नाम एक्टर के तौर पर सीगा पर जिस तरीके लोगों अपने फैनस न सनी देओल ने गुरदासपुर तो चोन जित के जरा नाराज किया है तो वह वही गल है पर हम इतने वाला सवाल यह खड़ा होंगे कि जेकर सनी देओल नहीं लड़ते लखविंदर जी गुरदासपुर तो जी फिर गुरदासपुर तो कौन लड़ेगा इतो लगातार भाजपा की सीट जी रही है ठीक है एक बार जो जिमनी चोन हुई है जो विनोद खन्ना की डेथ हुई है तो उस तो बाद जिमनी चोन जो हुई तो उदो जरूर जे है अपने जेडे सुनील जाखड़ जी वह जरूर जिते उतो तो उस तो पहला उस तो पहला लगातार विनोद खन्ना जिहड़े उत्थों जितते आ रहे सीगे फिल्मी एक्टर नूं उत्थों लगातार गुरदासपुर तो खड़ाया जांदा रहा फिर जाखड़ साहब जित गए जाखड़ साहब दुबारा फिर गुरदासपुर तो चोन लड़े तो सुनील जाखड़ दे माफ करना सनी देओल दे हत्थों जिहड़ा उह हार गए सीगे तो हुण लगातार इह कयास रहियां लगाईआं जा रहियां ने कि जेकर सनी देओल गुरदासपुर तो नहीं लड़दे तो हुण जिहड़े उत्थों उम्मीदवार सुनील जाखड़ भी हो सकदे आ क्योंकि लगातार उत्थों दो चोणां लड़ चुके आ एक जिमनी चोन एक उन्नी की चोन सुनील जाखड़ जिहड़े आ गुरदासपुर तो लड़ चुके ने और सुनील जाखड़ के हत्थां दे विच इस वक्त पंजाब भाजपा की कमान भी जिहड़ी हैगी है तां प्रधान दे तौर ते भी और वैसे भी उत्थे कम कीता होया सुनील जाखड़ होरां ने हो सकदा कि सुनील जाखड़ उत्थों जिहड़ी आ चोन लड़ रहे पर हो सकदा कि आने वाले समय के भाजपा कोई होर नवां सप कढ दे पर ज्यादातर कयास रहियां यही ने लखविंदर जी कि सनी देओल की गैरहाजरी तो बाद हो सकदा है कि सुनील जाखड़ जिहड़े आ उन्हां नूं जिहड़ा जिहड़ा इत्थों टिकट दे दित्ती जावे तां बड़ी हैरानी की गल है लखविंदर जी देखो सवाब की बनता है जिहड़ा बंदा 2019 दे विच चोणां जित्तिया ਉਹ ਬੰਦਾ ਜਿੱਤ ਗਿਆ ਚਲੋ ਸਨੀ ਦਿਓਲ ਆ ਗਿਆ ਪਰ ਜਿਹੜਾ ਬੰਦਾ ਨੂੰ ਉਹਨੇ ਹਰਾਇਆ ਸੀ ਤਾਂ ਉਹਨੂੰ ਪੰਜਾਬ ਦੇ ਵਿੱਚ ਪ੍ਰਧਾਨ ਬਣਾਤਾ ਜਨੀ ਤਾਂ ਹੁਣ ਹੋ ਸਕਦਾ ਕਿ ਉਹ ਸਨੀ ਦਿਓਲ ਦੀ ਜਗ੍ਹਾ ਦੇ ਉੱਪਰ ਚੋਣ ਵੀ ਲੜੇ ਤਾਂ ਉਮੀਦ ਨਹੀਂ ਸੀ ਉਦੋਂ ਕਿ ਇਸ ਤਰੀਕੇ ਦੇ ਵੀ ਹਾਲਾਤ ਜਿਹੜੇ ਪੈਦਾ ਹੋ ਜਾਣਗੇ ਪਰ ਸਨੀ ਦਿਓਲ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਨਿਰਾਸ਼ ਕੀਤਾ ਲੋਕਾਂ ਨੂੰ ਤਾਂ ਉਹ ਬਹੁਤ ਮੰਦਭਾਗਾ ਹੈਗਾ ਔਰ ਸਦੀਆਂ ਤੱਕ ਜਿਹੜਾ ਇਹ ਧਰਮਿੰਦਰ ਪਰਿਵਾਰ ਦੇ ਉੱਪਰ ਦਿਓਲ ਪਰਿਵਾਰ ਦੇ ਉੱਪਰ ਲੋਕਾਂ ਦਾ ਜਿਹੜਾ ਇਹ ਲਾਲਸ਼ਣ ਜਿਹੜਾ ਇਹ ਲੋਕਾਂ ਦੇ ਵੱਲੋਂ ਲਾਏ ਗਏ ਦਾਗ ਜਿਹੜੇ ਉਹਨਾਂ ਨੇ ਖੁਦ ਲਵਾਏ ਆ ਕਿਉਂਕਿ ਲੋਕਾਂ ਨੇ ਤਾਂ ਬੜਾ ਮਾਣ ਬਖਸ਼ਿਆ ਸੀਗਾ ਲੋਕਾਂ ਨੇ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਸਨੀ ਦਿਓਲ ਧਰਮਿੰਦਰ ਦਿਓਲ ਪਰਿਵਾਰ ਦੇ ਲਈ ਜਿਹੜਾ ਉਹ ਕੰਮ ਕੀਤਾ ਸੀਗਾ ਪਰ ਸਨੀ ਦਿਓਲ ਜਿਸ ਤਰੀਕੇ ਦੇ ਨਾਲ ਉਹ ਜਿਵੇਂ ਕਹਿੰਦੇ ਹੁੰਦੇ ਨੇ ਕਿ ਨਾਮ ਬੜੇ ਦਰਸ਼ਨ ਛੋਟੇ ਉਹੋ ਜਿਹਾ ਜਿਹੜਾ ਕੰਮ ਹੋਇਆ ਦੇਸ਼ ਦੀ ਸੇਵਾ ਐਕਟਰ ਦੇ ਤੌਰ ਤੇ ਦੱਸੋ ਕੀ ਕਰਨੀ ਆ ਹੁਣ ਗਦਰ ਦੀ ਗਦਰ ਫਿਲਮ ਬਣਾਈ ਉਹਨਾਂ ਨੇ ਸੁਪਰਹਿੱਟ ਹੋਈ ਹੈ ਕਹਿੰਦੇ ਕਿ ਬੜੀਏ ਪੈਸੇ ਆਏ ਆ ਉਹ ਪੈਸੇ ਸਨੀ ਦਿਓਲ ਨੂੰ ਚਲੇ ਜਾਣਗੇ ਦੇਸ਼ ਦਾ ਉਹਦੇ ਵਿੱਚ ਕੀ ਫਾਇਦਾ ਤੁਸੀਂ ਦੱਸੋ ਮੈਨੂੰ ਹੈ ਨਾ ਉਹਦੇ ਵਿੱਚ ਦੇਸ਼ ਦੂਜ ਦਾ ਕੋਈ ਫਾਇਦਾ ਨਹੀਂਗਾ ਤਾਂ ਪਰ ਨਾਮ ਬੜੇ ਦਰਸ਼ਨ ਛੋਟੇ ਵਾਲਾ ਕੰਮ ਕੀਤਾ ਸਨੀ ਦਿਓਲ ਹੋਣਾ ਨੇ ਬੜੀ ਆਸ ਸੀਗੀ ਪਰ ਸਨੀ ਦਿਓਲ ਹੋਣਾ ਨੇ ਲੋਕਾਂ ਦੀਆਂ ਆਸਾਂ ਜਿਹੜੀਆਂ ਲਖਵਿੰਦਰ ਜੀ ਉਹ ਤੋੜੀਆਂ ਨੇ ਤਾਂ ਸਨੀ ਦਿਓਲ ਹੋਣਾ ਨੂੰ ਆਪਣਾ ਧਰਾਤਲ ਵੀ ਪਤਾ ਲੱਗ ਗਈ ਹੈ ਲੋਕ ਵੀ ਦੱਸ ਦਿੰਦੇ ਆ ਕਿ ਭਾਈ ਤੁਹਾਡਾ ਹੁਣ ਬਣੂਗਾ ਕੀ ਤੇ ਤੁਹਾਨੂੰ ਲੋਕ ਜਿਹੜਾ ਪਸੰਦ ਨਹੀਂ ਕਰਦੇ ਹੋ ਸਕਦਾ ਕਿ ਇਸ ਸਭ ਨੂੰ ਦੇਖ ਕੇ ਉਹਨਾਂ ਨੇ ਫੈਸਲਾ ਲੈ ਲਿਆ ਹੋਵੇ ਜੀ ਜੀ ਪਰਸੇ ਤੁਸੀਂ ਜਿਸ ਤਰੀਕੇ ਨਾਲ ਸਟ੍ਰੈਟਜੀ ਆਪਾਂ ਕਹੀਏ ਵੀ ਗੁਰਦਾਸਪੁਰ ਇਲਾਕੇ ਦੇ ਵਿੱਚ ਰਹੀ ਹੈਗੀ ਭਾਜਪਾ ਦੀ ਵੀ ਉੱਥੋਂ ਕੋਈ ਸੈਲੀਬ੍ਰਿਟੀ ਹੀ ਇਲੈਕਸ਼ਨ ਲੜਦਾ ਰਿਹਾ ਬੀਜੇਪੀ ਵੱਲੋਂ ਅਤੇ ਪਹਿਲਾਂ ਹੁਣ ਤੁਸੀਂ ਵਿਨੋਦ ਖੰਨਾ ਦੀ ਗੱਲ ਕੀਤੀ ਹੁਣ ਸਨੀ ਦਿਓਲ ਦੀ ਕਿ ਇਹ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਜਾਖੜ ਸਾਹਿਬ ਨੂੰ ਕਿਤੇ ਹੋਰ ਲੜਾ ਕੇ ਉੱਥੇ ਕੋਈ ਹੋਰ ਪੈਰਾਸ਼ੂਟ ਰਾਹੀਂ ਸੈਲੀਬ੍ਰਿਟੀ ਤਾਰਤਾ ਜਾਵੇ ਇਸ ਤਰ੍ਹਾਂ ਵੀ ਹੋ ਸਕਦਾ ਜਾਂ ਫਿਰ ਇਹ ਸੀਟ ਆਪਾਂ ਪੱਕੀ ਜਾਖੜ ਸਾਹਿਬ ਦੀ ਮੰਨ ਸਕਦੇ ਹੁਣ ਉਹ ਵੀ ਸਕਦੇ ਆ ਉਹ ਵੀ ਸਕਦੇ ਕਿਉਂਕਿ ਜਿੰਨਾ ਟਾਈਮ ਸੀਟ ਅਨਾਊਂਸ ਨਹੀਂ ਨਾ ਕੀਤੀ ਜਾਂਦੀ ਲਖਵਿੰਦਰ ਜੀ ਰਾਜਨੀਤੀ ਦੇ ਵਿੱਚ ਤੁਹਾਨੂੰ ਪਤਾ ਕੁਝ ਵੀ ਜਿਹੜਾ ਉਹ ਪੱਕਾ ਨਹੀਂ ਮੰਨਿਆ ਜਾਂਦਾ ਕੁਝ ਵੀ ਸੰਭਵ ਹੋ ਸਕਦਾ ਇੱਥੇ ਤਾਂ ਠੀਕ ਹੈ ਜਾਖੜ ਸਾਹਿਬ ਮੈਨੂੰ ਲੱਗਦਾ ਕਿ ਇਸ ਵਕਤ ਮੋਹਰੀ ਹੋ ਸਕਦੇ ਆ ਹਾਲਾਂਕਿ 19 ਦੇ ਵਿੱਚ ਜਾਖੜ ਸਾਹਿਬ ਦੇ ਨਾ ਮਾਫ ਕਰਨਾ ਜਿਮਨੀ ਚੋਣ ਦੇ ਮੌਕੇ ਜਾਖੜ ਸਾਹਿਬ ਦੇ ਖਿਲਾਫ ਸਵਰਨ ਸਵਾਰੀਆਂ ਨੂੰ ਵੀ ਖੜਾਰਿਆ ਗਿਆ ਸੀਗਾ ਤਾਂ ਉਹ ਜਿਹੜਾ ਇੱਕ ਫਿਲਮ ਸਟਾਰ ਤਾਂ ਜਿਹੜਾ ਉਹ ਨਹੀਂ ਸੀਗੇ ਤਾਂ ਹੁਣ ਜਿਹੜੀ ਗੱਲ ਹੈਗੀ ਆ ਉਹ ਇਹੀ ਹੈ ਕਿ ਜਾਖੜ ਸਾਹਿਬ ਜਿਹੜੇ ਇਸ ਵਕਤ ਜਿਹੜੇ ਫੇਵਰੇਟ ਮੰਨੇ ਜਾ ਰਹੇ ਆ ਫੇਵਰੇਟ ਮੈਂ ਇਹ ਨਹੀਂ ਲੋਕਾਂ ਦੇ ਫੇਵਰੇਟ ਦੀ ਵੀ ਗੱਲ ਕਰਦਾ ਜਿੱਦਾਂ ਰੁਝਾਨਾਂ ਦੇ ਮੁਤਾਬਕ ਜੇ ਮੈਂ ਗੱਲ ਕਰਾਂ ਕਿ ਬੀਜੇਪੀ ਦੇ ਵੱਲੋਂ ਹੋ ਸਕਦਾ ਕਿ ਜਾਖੜ ਸਾਹਿਬ ਹੀ ਜਿਹੜਾ ਉਮੀਦਵਾਰ ਹੋ ਸਕਦੇ ਆ ਪਰ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਕਿ ਭਾਜਪਾ ਦੀ ਕੋਈ ਹੋਰ ਰਣਨੀਤੀ ਹੋਵੇ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਜ਼ਿਆਦਾਤਰ ਸੈਲੀਬ੍ਰਿਟੀ ਨੂੰ ਇੱਥੇ ਮੈਦਾਨ ਦੇ ਵਿੱਚ ਉਤਾਰਿਆ ਜਾਂਦਾ ਰਿਹਾ ਪਰ ਮੈਨੂੰ ਲੱਗਦਾ ਕਿ ਗੁਰਦਾਸਪੁਰ ਦੇ ਲੋਕਾਂ ਨੇ ਸਬਕ ਲੈ ਲਿਆ ਹੋਊਗਾ ਸੈਲੀਬ੍ਰਿਟੀ ਨੂੰ ਜਿਤਾ ਕੇ ਤਾਂ ਹੋ ਸਕਦਾ ਕਿ ਗੁਰਦਾਸਪੁਰ ਦੇ ਲੋਕ ਹੁਣ ਸੈਲੀਬ੍ਰਿਟੀ ਨੂੰ ਉੱਥੇ ਨਕਾਰ ਵੀ ਸਕਦੇ ਇਹ ਵੀ ਕਿਤੇ ਨਾ ਕਿਤੇ ਧਿਆਨ ਦੇ ਵਿੱਚ ਉੱਥੋਂ ਦੇ ਲੋਕਾਂ ਦੇ ਉੱਥੋਂ ਦੇ ਲੀਡਰਾਂ ਦੇ ਔਰ ਸੈਂਟਰ ਲੀਡਰਸ਼ਿਪ ਦੇ ਧਿਆਨ ਦੇ ਵਿੱਚ ਹੋਊਗਾ ਕਿ ਭਾਈ ਲੋਕ ਹੁਣ ਸਮਝ ਚੁੱਕੇ ਆ ਕਿ ਜੇ ਲੀਡਰਾਂ ਦੀ ਜਗ੍ਹਾ ਤੇ ਫਿਲਮੀ ਐਕਟਰਾਂ ਨੂੰ ਜਿਤਾਉਂਦੇ ਆ ਉਹ ਤਾਂ ਘੱਟੋ ਘੱਟ ਜਿਹੜਾ
ਉਹ ਬਣਦੇ ਹੀ ਨਹੀਂ ਇੱਥੇ। ਬੰਬੇ ਕਿਹੜਾ ਹੁਣ ਮਿਲਣ ਜਾਊ ਸਨੀ ਦਿਓਲ ਨੂੰ? ਘੱਟੋ ਘੱਟ ਕੋਈ ਹੋਰ ਲੀਡਰ ਇੱਥੇ ਹੋਊਗਾ ਭਾਈ, ਉਹਨੂੰ ਫੜਿਆ ਤਾਂ ਜਾ ਸਕਦਾ, ਉਹਦਾ ਘਰ ਤੱਕ ਹੀ ਰਹਿ ਜਾ ਸਕਦਾ। ਹੁਣ ਤੁਸੀਂ ਦੇਖੋ ਕਿਸਾਨ ਜਥੇਬੰਦੀਆਂ ਵੱਖ ਵੱਖ ਲੀਡਰਾਂ ਦੇ ਘਰ ਘੇਰ ਰਹੀਆਂ ਨੇ, ਹੁਣ ਬੰਬੇ ਕਿਹੜਾ ਘੇਰ ਜਾਊਗਾ ਘਰ? ਘੱਟੋ ਘੱਟ ਪੰਜਾਬ ਦਾ ਕੋਈ ਲੀਡਰ ਹੋਵੇ ਉਹਨੂੰ ਇੱਥੇ ਫੜਿਆ ਤਾਂ ਜਾ ਸਕਦਾ। ਜੀ ਬਿਲਕੁਲ, ਧੰਨਵਾਦ ਸੀ ਤੁਹਾਡਾ, ਧੰਨਵਾਦ। ਸੋ ਇਸ ਤਰ੍ਹਾਂ ਸੁਖਵਿੰਦਰ ਸਿੱਧੂ ਜੀ ਜਿਹਨਾਂ ਵੱਲੋਂ ਅਹਿਮ ਜਾਣਕਾਰੀ ਦਿੱਤੀ ਗਈ ਵੀ ਆਖਰ ਹੁਣ ਜਦੋਂ ਉਹਨਾਂ ਵੱਲੋਂ ਅਨਾਊਂਸ ਕਰ ਦਿੱਤਾ ਗਿਆ MP ਗੁਰਦਾਸਪੁਰ ਦੇ ਵੱਲੋਂ ਸਨੀ ਦਿਓਲ ਦੇ ਵੱਲੋਂ ਵੀ ਮੈਂ 2024 ਦੀ ਇਲੈਕਸ਼ਨ ਨਹੀਂ ਲੜਾਂਗਾ, ਮੈਂ ਸਿਰਫ ਔਰ ਸਿਰਫ ਐਕਟਿੰਗ ਵੱਲ ਧਿਆਨ ਕੇਂਦਰਿਤ ਕਰਾਂਗਾ ਜਾਂ ਐਕਟਿੰਗ ਦੇ ਥਰੂ ਹੀ ਲੋਕਾਂ ਦਾ ਮਨੋਰੰਜਨ ਕਰਾਂਗਾ ਜਾਂ ਦੇਸ਼ ਦੀ ਸੇਵਾ ਕਰਾਂਗਾ, ਤਾਂ ਅਗਲਾ ਹੁਣ ਚਿਹਰਾ ਕੌਣ ਹੋ ਸਕਦਾ? ਜਾਖੜ ਸਾਹਿਬ ਦੀ ਗੱਲ ਕਰਦੇ ਨਜ਼ਰ ਆਏ ਵੀ ਜਾਖੜ ਸਾਹਿਬ ਪਹਿਲੀ ਪਸੰਦ ਹੋ ਸਕਦੇ ਨੇ, ਕਿਉਂਕਿ ਕਾਂਗਰਸ ਵੱਲੋਂ ਭਾਵੇਂ ਉਹਨਾਂ ਨੇ 19 ਦੀ ਗੱਲ ਕੀਤੀ ਹੈ, ਇਲੈਕਸ਼ਨ ਲੜ ਚੁੱਕੇ ਨੇ, ਭਾਵੇਂ ਉਹ ਚਿਹਰਾ ਕਾਂਗਰਸ ਅਸੀਂ, ਲੇਕਿਨ ਹੁਣ ਜਦੋਂ ਪਾਰਟੀ ਬਦਲੀ ਹੈ, ਪ੍ਰਧਾਨਗੀ ਮਿਲੀ ਹੈ, ਤਾਂ BJP ਉਹਨਾਂ ਦੇ ਉੱਪਰ ਵੀ ਦਾਅ ਖੇਡ ਸਕਦੀ ਆ। ਸੋ 2024 ਦੀਆਂ ਇਲੈਕਸ਼ਨ ਦੇ ਵਿੱਚ ਹੁਣ ਕੀ ਜਾਖੜ ਸਾਹਿਬ ਨੂੰ ਸੀਟ ਮਿਲਦੀ ਹੈ ਜਾਂ ਫਿਰ ਪੈਰਾਸ਼ੂਟ ਰਾਹੀਂ ਆਪਣੀ ਨਵੀਂ ਸਟ੍ਰੈਟਜੀ ਦੇ ਅਕੋਰਡਿੰਗ ਜਾਂ ਆਪਣੀ ਪੁਰਾਣੀ ਸਟ੍ਰੈਟਜੀ ਦੇ ਅਕੋਰਡਿੰਗ ਕਿਸੇ ਸੈਲੀਬ੍ਰਿਟੀ ਨੂੰ ਹੀ ਗੁਰਦਾਸਪੁਰ ਤੋਂ ਉਤਾਰਿਆ ਜਾਵੇ? ਦੇਖਣ ਵਾਲੀ ਗੱਲ ਹੋਵੇਗੀ। ਤੁਸੀਂ ਬਣੇ ਰਹੋ ਰੋਜ਼ਾਨਾ ਲੋਕਨਾ TV ਦੇ ਨਾਲ।